ਹੈਲੋ ਦੋਸਤੋ ਗੁਰੂ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਦੋਸਤੋ ਲੈ ਕੇ ਆਏ ਆ ਵੈਰੀ ਇੰਪੋਰਟੈਂਟ ਐਮਸੀਕਿਊ ਚਾਈਲਡ ਡਿਵੈਲਪਮੈਂਟ ਦੇ ਨਾਲ ਸੰਬੰਧਿਤ ਸਾਈਕੋਲੋਜੀ ਦੇ ਜਿਹੜੇ ਵੈਰੀ ਇੰਪੋਰਟੈਂਟ ਐਮਸੀਕਿਊ ਨੇ ਤੁਹਾਡੇ ਲਈ ਆਪਾਂ ਡੇਲੀ ਵੀਡੀਓਜ਼ ਲੈ ਕੇ ਆਉਨੇ ਆ ਸੋ ਅੰਗਣਵਾੜੀ ਦੇ ਵਿੱਚ ਪੋਸਟ ਆਈਆਂ ਸੁਪਰਵਾਈਜ਼ਰ ਦੀਆਂ ਉਹਨਾਂ ਦੇ ਵਿੱਚ ਸਿਲੇਬਸ 20 ਨੰਬਰ ਦਾ ਹੈ ਜੀ ਸਾਈਕੋਲੋਜੀ ਦੇ ਨਾਲ ਸੰਬੰਧਿਤ ਚਾਈਲਡ ਡਿਵੈਲਪਮੈਂਟ ਦੇ ਨਾਲ ਸੰਬੰਧਿਤ ਤੇ ਐਂਟੀਟੀ 8393 ਪੋਸਟਾਂ ਸੋ ਜਿਹੜੇ ਪੀਐਸਟੈਟ ਸੀਟੈਟ ਚ ਟੱਚ ਨਾਲ ਸਵੰਦਤ ਤਿਆਰੀ ਕਰ ਰਹੇ ਵਿਦਿਆਰਥੀ ਨੇ ਉਹਨਾਂ ਲਈ ਲਾਹੇਵੰਦ ਵੀਡੀਓ ਹੈ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਬਹੁਤ ਸਾਰੇ ਵਿਦਿਆਰਥੀਆਂ ਦੇ ਫੋਨ ਆਉਂਦੇ ਆ ਮੈਸੇਜ ਆਉਂਦੇ ਆ ਵੀ ਤੁਸੀਂ ਲਾਈਕ ਕਰਨ ਤੇ ਜ਼ਿਆਦਾ ਜ਼ੋਰ ਦਿਨੇ ਹੋ ਅਜਿਹੀ ਕਈ ਗੱਲ ਕੋਈ ਗੱਲ ਨਹੀਂ ਹੈ ਵੀਡੀਓ ਨੂੰ ਇੱਕ ਸ਼ੁਰੂ ਕਰਨ ਦਾ ਇੱਕ ਸਿਸਟਮ ਸਟਾਈਲ ਵੀ ਹੁੰਦਾ ਹੈਗਾ ਤੇ ਲਾਈਕ ਤੁਹਾਡੇ ਲਾਈਕ ਕਰਨ ਤੇ ਡਿਸਲਾਈਕ ਕਰਨ ਨਾਲ ਕੋਈ ਇਹਦੇ ਵਿੱਚ ਫਰਕ ਤਾਂ ਨਹੀਂ ਪੈਂਦਾ ਪਰ ਇੱਕ ਭਾਵਨਾ ਜੀ ਜੁੜੀ ਹੁੰਦੀ ਹੈ ਪਰ ਸਪੈਸ਼ਲ ਬੇਨਤੀ ਹੈ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਜਿਹੜੇ ਲੋੜਵੰਦ ਵਿਦਿਆਰਥੀ ਨੇਗੇ ਜਿਹੜੇ ਪੜਨਾ ਚਾਹੁੰਦੇ ਨੇ ਇਹ ਇਨਾਂ ਵੀਡੀਓਾਂ ਦੀ ਜਿਹਨੂੰ ਲੋੜ ਹੈ ਇਨਾਂ ਲੈਕਚਰਾਂ ਦੀ ਸੋ ਉਹਨਾਂ ਤੱਕ ਇਹ ਜਿਹੜੀ ਵੀਡੀਓ ਜਾਏ ਜਿਹੜੀ ਪਹੁੰਚ ਜਾਵੇ ਸੋ ਇੱਕ ਦੋ ਗਰੁੱਪਾਂ ਦੇ ਵਿੱਚ ਡੇਲੀ ਇਹ ਜਿਹੜੀ ਵੀਡੀਓ ਜਾ ਉਹ ਸ਼ੇਅਰ ਜ਼ਰੂਰ ਕਰ ਦਿਆ ਕਰੋ ਸ਼ੁਰੂ ਕਰਦੇ ਆ ਪਹਿਲਾ ਪ੍ਰਸ਼ਨ ਜਿਆਦਾ ਟਾਈਮ ਆਪਾਂ ਖਰਾਬ ਨਹੀਂ ਕਰਨਾ ਪਹਿਲਾ ਪ੍ਰਸ਼ਨ ਹੈ ਜੀ ਪ੍ਰਸਿੱਧ ਦਰਸ਼ਨ ਸ਼ਾਸਤਰੀਆਂ ਅਨੁਸਾਰ ਸਖਿਆਨ ਇੱਕ ਡੈਸ਼ ਹੈ ਸੋ ਜਿਹੜੇ ਪ੍ਰਸਿੱਧ ਦਰਸ਼ਨ ਸ਼ਾਸਤਰੀ ਹੋਏ ਨੇ ਜੀ ਉਹਨਾਂ ਦੇ ਅਨੁਸਾਰ ਸਿੱਖਿਆ ਕੀ ਹੈ ਕਲਾ ਹੈਗੀ ਵਿਗਿਆਨ ਹੈ ਮਾਨਵਿਕੀ ਹੈ ਜਾਂ ਤਕਨੀਕ ਹੈ ਕੋਈ ਸੋ ਆਪਸ਼ਨ ਨੰਬਰ 1 ਸਹੀ ਹੈ ਦੋਸਤੋ ਇਹ ਕਲਾ ਹੁੰਦੀ ਹੈ ਸਖਿਆਨ ਜਿਹੜਾ ਇਹ ਜਿਹੜੇ ਪ੍ਰਸਿੱਧ ਦਰਸ਼ਨ ਸ਼ਾਸਤਰੀ ਨੇ ਉਹਨਾਂ ਨੇ ਕਿਹਾ ਵੀ ਇਹ ਇੱਕ ਕਲਾ ਹੁੰਦੀ ਹੈ ਇਹ ਕੋਈ ਤਕਨੀਕ ਨਹੀਂ ਹੁੰਦੀ ਕੋਈ ਇਹ ਵਿਗਿਆਨ ਨਹੀਂ ਹੁੰਦਾ ਵੀ ਇਸ ਤਰ੍ਹਾਂ ਦਾ ਮਤਲਬ ਸਿੱਖ ਜਾਊਗਾ ਬੱਚਾ ਇਹ ਉਹਨਾਂ ਦੀ ਕਲਾ ਹੀ ਹੁੰਦੀ ਹੈ ਅੰਦਰੋਂ ਦੋ ਨੰਬਰ ਪ੍ਰਸ਼ਨ ਜੀ ਕਿਹੜਾ ਉਪਚਾਰਕ ਸਿੱਖਿਆ ਦਾ ਸਰੋਤ ਨਹੀਂ ਹੈ वेरी ਇੰਪੋਰਟੈਂਟ ਪ੍ਰਸ਼ਨ ਹੈ ਜੀ ਨਹੀਂ ਨੂੰ ਤੁਸੀਂ ਬਕਾਇਦਾ ਜਦੋਂ ਵੀ ਤੁਸੀਂ ਕਦੇ ਪ੍ਰਸ਼ਨ ਨੂੰ ਕਰੋਗੇ ਟਿਕ ਮਾਰ ਕਰੋਗੇ ਤਾਂ ਜਿੱਥੇ ਨਹੀਂ ਆ ਗਿਆ ਉਹਨੂੰ ਤੁਸੀਂ ਵੱਡੇ ਸਰਕਲ ਦੇ ਵਿੱਚ ਨੋਟ ਕਰ ਲੈਣਾ ਤਾਂ ਜੋ ਤੁਹਾਨੂੰ ਕਲੀਅਰ ਹੋ ਜੇ ਵੀ ਇੱਥੇ ਅਸੀਂ ਨਹੀਂ ਦਾ ਆਪਸ਼ਨ ਹੈ ਜਿਹੜਾ ਉਹ ਕਲਿੱਕ ਕਰਨਾ ਹੈ ਉਪਚਾਰਕ ਮਤਲਬ ਜਿਹੜੀ ਸਮਾਂਬੱਧ ਸਥਾਨ ਵੀ ਨਿਸ਼ਚਿਤ ਹੁੰਦਾ ਸਮਾਂ ਵੀ ਨਿਸ਼ਚਿਤ ਹੁੰਦਾ ਹੈ ਉਹਦੇ ਅਕੋਰਡਿੰਗ ਜਿਹੜੀ ਹੁੰਦੀ ਹੈਗੀ ਸਿੱਖਿਆ ਉਹ ਉਪਚਾਰਕ ਹੁੰਦੀ ਹੈ ਹੇਠ ਲਿਖੇ ਆਪਸ਼ਨਾਂ 'ਚ ਉਪਚੋਰ ਉਪਚਾਰਕ ਸਿੱਖਿਆ ਦਾ ਸਰੋਤ ਨਹੀਂ ਹੈ ਕਿਹੜਾ ਸਕੂਲ ਘਰ ਅਜਾਇਬ ਘਰ ਲਾਇਬ੍ਰੇਰੀ ਆਪਸ਼ਨ ਨੰਬਰ 2 ਸਹੀ ਹੈ ਜੀ ਜਿਹੜਾ ਘਰ ਹੈ ਉੱਥੇ ਉਪਚਾਰਕ ਸਿੱਖਿਆ ਨਹੀਂ ਮਿਲਦੀ ਸਕੂਲ ਦੇ ਵਿੱਚ ਦੇਖੋ ਇੱਕ ਸਮਾਂ ਹੁੰਦਾ ਹੈ ਟਾਈਮ ਹੁੰਦਾ ਹੈ ਤੇ ਸਥਾਨ ਹੁੰਦਾ ਹੈ ਸਕੂਲ ਬਕਾਇਦਾ ਇੱਕ ਥਾਂ ਤੇ ਅਜਾਇਬ ਘਰ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਲਾਇਬ੍ਰੇਰੀ ਚ ਵੀ ਇੱਥੇ ਜਿਹੜੀ ਉਪਚਾਰਕ ਸਿੱਖਿਆ ਮਿਲਦੀ ਹੈ ਜਿਹੜਾ ਘਰ ਹੈ ਜੀ ਇੱਥੇ ਅਨੁਪਚਾਰਕ ਗੈਰ ਰਸਮੀ ਸਿੱਖਿਆ ਪ੍ਰਾਪਤ ਹੁੰਦੀ ਹੈ ਜਿਹੜਾ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ ਅਨਿਸ਼ਚਿਤ ਇਹ ਸਥਾਨ ਨਹੀਂ ਵਾਤਾਵਰਣ ਜੋ ਸੀ ਇਹ ਪ੍ਰਾਪਤ ਕਰਦੇ ਆ ਸੋ ਆਪਸ਼ਨ ਨੰਬਰ 2 ਸਹੀ ਹੈ ਜੀ 3 ਨੰਬਰ ਪ੍ਰਸ਼ਨ ਦੋਸਤੋ ਪਾਠ ਕਰਮ ਹੈ ਹੇਠ ਲਿਖਿਆ ਆਪਸ਼ਨਾਂ ਚੋਂ ਪਾਠ ਕਰਮ ਕੀ ਹੈ ਇੱਕ ਕੋਰਸ ਹੈ ਪੂਰਾ ਪਾਠ ਕਰਮ ਸਿਲੇਬਸ ਹੈਗਾ ਸਹਿ ਪਾਠ ਕਰਮ ਸੰਬੰਧੀ ਗਤੀਵਿਧੀਆਂ ਇੱਕ ਸੰਸਥਾਨ ਦੀਆਂ ਕੁੱਲ ਗਤੀਵਿਧੀਆਂ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਐਂਟੀਟੀ 83 93 ਵਾਸਤੇ ਤਾਂ ਵੈਰੀ ਇੰਪੋਰਟੈਂਟ ਹੈ ਉਹਨਾਂ ਦੇ ਸਿਲੇਬਸ ਦੇ ਵਿੱਚ ਬਕਾਇਦਾ ਚੈਪਟਰ ਹੈ ਇਹ ਆਪਸ਼ਨ ਨੰਬਰ 4 ਸਹੀ ਹੈ ਜੀ ਇੱਕ ਜਿਹੜੀ ਪਾਠਸ਼ਾਲਾ ਹੁੰਦੀ ਹੈ ਇੱਕ ਜਿਹੜੀ ਸੰਸਥਾ ਹੁੰਦੀ ਹੈ ਉਹਦੀਆਂ ਸਾਰੀਆਂ ਕੁੱਲ ਗਤੀਵਿਧੀਆਂ ਨੇ ਸਵੇਰ ਤੋਂ ਲੈ ਕੇ ਸਕੂਲ ਦੇ ਛੁੱਟੀ ਹੋਣ ਤੱਕ ਕਹਿ ਸਕਦੇ ਆ ਆਪਾਂ ਜੀ ਸਕੂਲ ਨਾਲ ਸੰਬੰਧਿਤ ਗੱਲ ਕਰੀਏ ਅ ਬੱਚਾ ਉਹਦਾ ਪਹਿਰਾਵਾ ਕਿਹੋ ਜਿਹਾ ਹੈ ਉਹ ਰਹਿਣ ਸਹਿਣ ਕਿਹੋ ਜਿਹਾ ਹੈ ਉਹ ਬੋਲਦਾ ਕਿਵੇਂ ਹੈ ਉਹ ਆਪਣੀ ਸਰੀਰ ਦੀ ਸਫਾਈ ਕਿੱਦਾਂ ਰੱਖਦਾ ਹੈ ਉਹ ਟੀਚਰਾਂ ਨਾਲ ਵਿਹਾਰ ਕਿਵੇਂ ਕਰਦਾ ਹੈ ਉਹਦਾ ਡਿਸਪਲਿਨ ਕਿੱਦਾਂ ਦਾ ਪੜ੍ਹਾਈ ਕਿੱਦਾਂ ਦੀ ਹੈ ਉਹ ਬੈਗ ਬਸਤਾ ਜਿਹੜਾ ਆਪਣਾ ਉਹ ਕਿਵੇਂ ਸਾਫ਼ ਰੱਖਦਾ ਮਤਲਬ ਹਰ ਚੀਜ਼ ਖੇਡਾਂ ਖੇਡਾਂ ਉਹਦਾ ਕਲਚਰ ਐਕਟੀਵਿਟੀਆਂ ਹਰ ਚੀਜ਼ ਉਹਦੀ ਜਿਹੜੀ ਕੁੱਲ ਗਤੀਵਿਧੀਆਂ ਨਹੀਂ ਐ ਸਕੂਲ ਦੇ ਵਿੱਚ ਸੰਸਥਾ ਦੇ ਵਿੱਚ ਉਹ ਸਾਰੀਆਂ ਪਾਠਕ੍ਰਮ ਹੁੰਦੀਆਂ ਨੇ ਸਲੇਵਸੇ ਦਾ ਇੱਕ ਹਿੱਸਾ ਹੈਗਾ ਛੋਟਾ ਹਿੱਸਾ ਹੈ ਸਲੇਵਸ ਪਾਠਕ੍ਰਮ ਦਾ ਛੋਟਾ ਸੱਭਿਆਚਾਰ ਹੈ ਫਿਰ ਲਈਏ অপਸ਼ਨਾਂ ਚੋਂ ਛੋਟਾ ਸੱਭਿਆਚਾਰ ਆਪਾਂ ਕਿਹਨੂੰ ਕਹਾਂਗੇ ਘਰ ਨੂੰ ਵਿਸ਼ਾ ਵਸਤੂ ਨੂੰ ਪਾਠਕ੍ਰਮ ਜਾਂ ਜਮਾਤ ਕਮਰਾ ਬੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ অপਸ਼ਨ ਨੰਬਰ 4 ਸਹੀ ਹੈ অপਸ਼ਨ ਨੰਬਰ 4 ਜਮਾਤ ਕਮਰਾ ਜਿਹੜਾ ਇੱਕ ਛੋਟਾ ਸੱਭਿਆਚਾਰ ਹੁੰਦਾ ਹੈ ਜਮਾਤ ਕਮਰੇ ਦਾ ਇੱਕ ਆਪਣਾ ਸੱਭਿਆਚਾਰ ਹੁੰਦਾ ਹੈ ਜੀ 5 ਨੰਬਰ ਪ੍ਰਸ਼ਨ ਦੋਸਤੋ ਸਾਡੀ ਪ੍ਰੀਖਿਆ ਦੀ ਵਰਤਮਾਨ ਪ੍ਰਣਾਲੀ ਦੁਆਰਾ ਉਦੇਸ਼ਾਂ ਦੇ ਕਿਸ ਖੇਤਰ ਦਾ ਮੁਲਾਂਕਣ ਨਹੀਂ ਹੋ ਰਿਹਾ ਬੈਰੀ ਬੈਰੀ ਇੰਪੋਰਟੈਂਟ ਪ੍ਰਸ਼ਨ ਨੇ ਅੱਜ ਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਤੱਕ ਸਾਡੀ ਜਿਹੜੀ ਪ੍ਰੀਖਿਆ ਪ੍ਰਣਾਲੀ ਆ ਵਰਤਮਾਨ ਸਮੇਂ ਦੀ ਅੱਜ ਕੱਲ੍ਹ ਜਿਹੜੀ ਪ੍ਰੀਖਿਆ ਪ੍ਰਣਾਲੀ ਚੱਲਦੀ ਆ ਉਹਦੇ ਦੁਆਰਾ ਉਹਦੇ ਇਸ ਜਿਹੜੇ ਉਦੇਸ਼ ਆਪਾਂ ਮੰਨਦੇ ਹੁੰਨੇ ਆਂਗੇ ਕਿ ਕਿਹੜੇ ਉਦੇਸ਼ ਮੰਨ ਕੇ ਪ੍ਰੀਖਿਆਵਾਂ ਹੁੰਦੀਆਂ ਨੇ ਉਹ ਦੇਸ਼ਾਂ ਦੇ ਮੁਤਾਬਕ ਕਿਸ ਖੇਤਰ ਦਾ ਮੁਲਾਂਕਣ ਨਹੀਂ ਹੋ ਰਿਹਾ ਨਹੀਂ ਤੇ ਫਿਰ ਤੁਸੀਂ ਧਿਆਨ ਦੇਣਾ ਸੰਗਿਆਣ ਦਾ ਮਤਲਬ ਗਿਆਨ ਦਾ ਭਾਵਨਾਤਮਕਤਾ ਦਾ ਮਨੋਪ੍ਰੇਰਕ ਇਹਨਾਂ ਚੋਂ ਕੋਈ ਨਹੀਂ ਆਪਸ਼ਨ ਨੰਬਰ 2 ਸਹੀ ਆ ਜੀ ਭਾਵਨਾਵਾਂ ਹੁੰਦੀਆਂ ਜਿਹੜੀਆਂ ਉਹਨਾਂ ਦਾ ਕੋਈ ਮਾਣਕ ਨਹੀਂ ਹੁੰਦਾ ਭਾਵਨਾਤਮਕ ਆਪਸ਼ਨ ਨੰਬਰ 2 ਸਹੀ ਹੈ ਜਿਹੜੀ ਅੱਜ ਕੱਲ ਵਰਤਮਾਨ ਸਮੇਂ ਦੇ ਵਿੱਚ ਪ੍ਰੀਖਿਆ ਪ੍ਰਣਾਲੀ ਹੈ ਉਹਦੇ ਅਨੁਸਾਰ ਉਹ ਦੇਸ਼ਾਂ ਦਾ ਜਿਹੜਾ ਉਦੇਸ਼ਾਂ ਦੇ ਵਿੱਚੋਂ ਭਾਵਨਾਤਮਕ ਉਦੇਸ਼ ਹੁੰਦੇ ਨੇ ਜਿਹੜੇ ਉਹਨਾਂ ਦਾ ਕੋਈ ਮਾਣਕ ਨਹੀਂ ਹੋ ਰਿਹਾ ਇਹਨੂੰ ਤੁਸੀਂ ਧਿਆਨ ਚ ਰੱਖਣਾ 6 ਨੰਬਰ ਪ੍ਰਸ਼ਨ ਦੋਸਤੋ ਸਿਲੇਬਸ ਡੈਸ਼ ਦਾ ਇੱਕ ਭਾਗ ਹੈ ਆਪਾਂ ਪਹਿਲਾਂ ਪਿੱਛੇ ਵੀ ਪ੍ਰਸ਼ਨ ਕਰਕੇ ਆਏ ਆਂ ਸਿਲੇਬਸ ਕੀ ਦਾ ਇੱਕ ਭਾਗ ਹੈ ਛੋਟਾ ਭਾਗ ਹੈ ਕਿਸੇ ਚੀਜ਼ ਦਾ ਜਮਾ ਸਮਾਜ ਦਾ ਛੋਟਾ ਭਾਗ ਹੈ ਜਾਂ ਜਮਾਤ ਦਾ ਜਾਂ ਪਾਠ ਕਰਮ ਜਾਂ ਗਤੀਵਿਧੀਆਂ ਦਾ অপਸ਼ਨ ਨੰਬਰ 3 ਸਹੀ ਹੈ ਜੀ ਪਾਠ ਕਰਮ ਦਾ ਜਿਹੜਾ ਇਹ ਭਾਗ ਹੈਗਾ ਸਿਲੇਬਸ ਪਾਠ ਕਰਮ ਪੂਰੀ ਸੰਸਥਾ ਦੀਆਂ ਟੋਟਲ ਗਤੀਵਿਧੀਆਂ ਪਾਠ ਕਰਮ ਵਿੱਚ ਸ਼ਾਮਲ ਹੁੰਦੀਆਂ ਨੇ ਕਰਿਕੂਲਮ ਵਿੱਚ 7 ਨੰਬਰ ਪ੍ਰਸ਼ਨ ਦੋਸਤੋ ਆਡੀਓ ਵੀਡੀਓ ਸਮਗਰੀ ਦਾ ਵਰਗ ਹੈ ਹੇਠ ਲਿਖਿਆ অপਸ਼ਨਾਂ ਦੇ ਵਿੱਚੋਂ ਆਡੀਓ ਵੀਡੀਓ ਦੋਨੋਂ ਜੇ ਇਹ ਦੋਨੋਂ ਚੀਜ਼ਾਂ ਆ ਜਾਂਦੀਆਂ ਜਿਹਦੇ ਵਿੱਚ ਉਹ ਕੀ ਚੀਜ਼ ਹੈ ਰੇਡੀਓ ਹੈ ਟੈਲੀ ਟੈਲੀਵੀਜ਼ਨ ਜਾਂ ਟੇਪ ਰਿਕਾਰਡ ਜਾਂ ਇਹ ਸਾਰੇ ਸੋ ਆਪਸ਼ਨ ਨੰਬਰ 2 ਸਹੀ ਹੈ ਜੀ ਟੈਲੀਵੀਜ਼ਨ ਦੇ ਵਿੱਚ ਹੀ ਇਹ ਦੋਨੇ ਚੀਜ਼ਾਂ ਮਿਲਦੀਆਂ ਨੇ ਆਡੀਓ ਵੀ ਮਿਲਦੀ ਆ ਆਵਾਜ਼ ਵੀ ਸੁਣਦੇ ਆ ਸੀ ਤੇ ਉੱਥੇ ਵੀਡੀਓਜ਼ ਫੋਟੋਆਂ ਮਤਲਬ ਵੀਡੀਓ ਵੀ ਦੇਖਦੇ ਆ ਜੇ ਕੱਲੇ ਰੇਡੀਓ ਦੀ ਗੱਲ ਕਰੀਏ ਤਾਂ ਕੱਲੀ ਆਵਾਜ਼ ਮਿਲਦੀ ਆ ਟੇਪ ਰਿਕਾਰਡ ਦੇ ਉੱਤੇ ਵੀ ਕੱਲੀ ਆਵਾਜ਼ ਮਿਲਦੀ ਆ ਸੋ ਟੈਲੀਵੀਜ਼ਨ ਹੀ ਆਡੀਓ ਵੀਡੀਓ ਸਮੱਗਰੀ ਦਾ ਜਿਹੜਾ ਵਰਗ ਹੈ ਜੀ ਇਹ ਲਿਖਿਆ ਆਪਸ਼ਨਾਂ 'ਚੋਂ 8 ਨੰਬਰ ਪ੍ਰਸ਼ਨ ਦੋਸਤੋ ਪਾਠ ਕਰਮ ਦਾ ਮੁੱਖ ਸਬੰਧ ਹੈ ਹੇਠ ਲਿਖੇ ਆਪਸ਼ਨਾਂ ਦੇ ਵਿੱਚੋਂ ਪਾਠ ਕਰਮ ਦਾ ਸਬੰਧ ਕੀ ਹੈ ਵਿਅਕਤੀਗਤ ਸੰਤੁਸ਼ਟੀ ਪਾਠ ਕਰਮ ਅਜਿਹਾ ਹੋਵੇ ਵੀ ਵਿਅਕਤੀਗਤ ਸੰਤੁਸ਼ਟੀ ਹੋਵੇ ਵਿਅਕਤੀ ਦੇ ਵਿਵਹਾਰ ਵਿੱਚ ਬਦਲਾਅ ਹੋਵੇ ਨੌਕਰੀ ਲਈ ਤਿਆਰੀ ਜਾਂ ਪਾਠ ਕਰਮ ਅਜਿਹਾ ਹੋਣਾ ਚਾਹੀਦਾ ਵੀ ਨੌਕਰੀ ਦੀ ਤਿਆਰੀ ਹੁੰਦੀ ਰਹੇ ਉਪਰੋਕਤ ਵਿੱਚੋਂ ਕੋਈ ਨਹੀਂ ਸੋ ਆਪਸ਼ਨ ਨੰਬਰ 2 ਸਹੀ ਹੈ ਜੀ ਪਾਠ ਕਰਮ ਦਾ ਜਿਹੜਾ ਮੁੱਖ ਸੰਬੰਧ ਹੈ ਜਿਹੜਾ ਪਾਠ ਕਰਮ ਦਾ ਮੁੱਖ ਮੁੱਖ ਜਿਹੜਾ ਉਦੇਸ਼ ਹੈ ਵਿਅਕਤੀ ਦੇ ਵਿਵਹਾਰ ਵਿੱਚ ਬਦਲਾਅ ਹੋਣਾ ਜ਼ਰੂਰੀ ਹੁੰਦਾ ਜੀ ਵਿਅਕਤੀ ਦਾ ਜਿਹੜਾ ਬਦਲਾਅ ਆ ਬਵਿਹਾਰਕ ਬਦਲਾਅ ਉਹੀ ਪਾਠ ਕਰਮ ਨੂੰ ਸੰਬੰਧਿਤ ਹੈ ਸਹੀ ਪਾਠ ਕਰਮ ਉਹੀ ਹੁੰਦਾਗਾ 9 ਨੰਬਰ ਜੀ ਪ੍ਰਸ਼ਨ 9 ਨੰਬਰ ਦੋਸਤੋ ਵਿਅਕਤੀਗਤ ਅੰਤਰਾਂ ਦੇ ਪ੍ਰਕਾਰ ਹਨ ਸੋ ਵਿਅਕਤੀਗਤ ਮਤਲਬ ਅਲੱਗ-ਅਲੱਗ ਵਿਅਕਤੀਆਂ ਦੇ ਵਿੱਚ ਜਿਹੜੇ ਅੰਤਰ ਹੁੰਦੇ ਨੇ ਉਹਨਾਂ ਦੇ ਕਿਹੜੇ-ਕਿਹੜੇ ਪ੍ਰਕਾਰ ਹੁੰਦੇ ਨੇ ਵਿਅਕਤੀਗਤ ਆਪਣੇ ਵਿੱਚ ਕਿਹੜੇ-ਕਿਹੜੇ ਪ੍ਰਕਾਰ ਦੇ ਅੰਤਰਾਂ ਦੇ ਸਰੀਰਕ ਦਿਮਾਗੀ ਭਾਵਨਾਤਮਕ ਉਪਰੋਕਤ ਸਾਰੇ ਸੋ ਜੇ ਆਪਾਂ 10 ਵਿਅਕਤੀਆਂ ਨੂੰ ਦੇਖ ਲਈਏ ਤਾਂ ਉਹ 10ਾਂ ਦੇ ਵਿੱਚ ਕਿਹੜੇ-ਕਿਹੜੇ ਅੰਤਰ ਪਾਏ ਜਾਣਗੇ ਕਿਹੜੀਆਂ-ਕਿਹੜੀਆਂ ਅਲੱਗ ਚੀਜ਼ਾਂ ਪਾਈਆਂ ਜਾਣਗੀਆਂ ਫਿਰ ਕਿਹੜੀਆਂ ਆਪਸ਼ਨਾਂ ਦੇ ਵਿੱਚੋਂ ਕਿ ਸਰੀਰਕ ਅੰਤਰ ਹੁੰਦੇ ਨੇ ਕਿ ਦਿਮਾਗੀ ਅੰਤਰ ਹੁੰਦੇ ਨੇ ਭਾਵਨਾਤਮਕ ਅੰਤਰ ਹੁੰਦੇ ਨੇ ਜਾਂ ਉਪਰੋਕਤ ਸਾਰੇ ਕਿ ਇਹ ਸਾਰੇ ਜਿਹੜੇ ਅੰਤਰ ਪਾਏ ਜਾਂਦੇ ਨੇ ਸੋ ਆਪਸ਼ਨ ਨੰਬਰ 4 ਸਹੀ ਹੈ ਜੀ ਵਿਅਕਤੀਗਤ ਅੰਤਰਾਂ ਦੇ ਪ੍ਰਕਾਰ ਨੇ ਉਪਰੋਕਤ ਸਾਰੇ ਸਰੀਰਕ ਵੀ ਹੁੰਦੇ ਨੇ ਇਹ ਸਰੀਰਕ ਪੱਧਰ ਤੇ ਵੀ ਮਤਲਬ ਹਰੇਕ ਦਾ ਸਰੀਰ ਇੱਕੋ ਜਿਹਾ ਨਹੀਂ ਹੁੰਦਾ ਦਿਮਾਗ ਦੀ ਗੱਲ ਹੈ ਦਿਮਾਗ ਵੀ ਇੱਕੋ ਜਿਹਾ ਨਹੀਂ ਹੁੰਦਾ ਭਾਵਨਾਤਮਕ ਉਹਨਾਂ ਦੀਆਂ ਭਾਵਨਾਵਾਂ ਕੋਈ ਕਠੋਰ ਬੰਦਾ ਹੁੰਦਾ ਕੋਈ ਸੌਫਟ ਹੁੰਦਾ ਨਰਮ ਦਿਲ ਹੁੰਦਾ ਸੋ ਭਾਵਨਾਵਾਂ ਵੀ ਅਲੱਗ-ਅਲੱਗ ਹੁੰਦੀਆਂ ਨੇਗੀਆਂ 10 ਨੰਬਰ ਪ੍ਰਸ਼ਨ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਬਹੁਤ ਵਾਰ ਪੇਪਰਾਂ 'ਚ ਪੁੱਛਿਆ ਗਿਆ ਇਹਨੂੰ ਤੁਸੀਂ ਨੋਟਸ ਦੇ ਆਧਾਰ ਤੇ ਵੀ ਲੈ ਸਕਦੇ ਹੋ ਇਸ ਪੇਪਰ ਨੂੰ ਨੋਟ ਕਰ ਸਕਦੇ ਹੋ ਪ੍ਰੋਜੈਕਟ ਵਿਧੀ ਕਿਸ ਦੁਆਰਾ ਦਿੱਤੀ ਗਈ ਸੋ ਪ੍ਰੋਜੈਕਟ ਵਿਧੀ ਬਾਰੇ ਪ੍ਰਸ਼ਨ ਬਹੁਤ ਵਾਰ ਪੁੱਛਿਆ ਗਿਆ ਕਿਹਨੇ ਦਿੱਤੀ ਸੀ ਇਹਦਾ ਜਨਮਦਾਤਾ ਕੌਣ ਸੀ ਕਲ ਪੈਟ੍ਰਿਕ ਆਰਾਮਸਟ੍ਰਾਂਗ ਸੁਕਰਾਤ ਇਹਨਾਂ ਵਿੱਚੋਂ ਕੋਈ ਨਹੀਂ ਆਪਸ਼ਨ ਨੰਬਰ 1 ਸਹੀ ਹੈ ਜੀ ਤੁਹਾਨੂੰ ਆਉਂਦਾ ਵੀ ਹੋਣਾ ਇਹ ਸਾਰਾ ਆਪਾਂ ਪਹਿਲਾਂ ਵੀ ਕਰਵਾ ਚੁੱਕੇ ਹਾਂ ਕਲ ਪੈਟ੍ਰਿਕ ਹੈ ਜਿਹੜਾ ਉਹਨੇ ਪ੍ਰੋਜੈਕਟ ਵਿਧੀ ਦਿੱਤੀ ਸੀ ਜੀ 11 ਨੰਬਰ ਪ੍ਰਸ਼ਨ ਦੋਸਤੋ ਕਿਸ ਵਿਧੀ ਵਿੱਚ ਵਿਸ਼ੇਸ਼ ਤੋਂ ਸਧਾਰਨ ਵੱਲ ਵਧਦੇ ਹਾਂ ਸੋ ਕਿਹੜੀ ਵਿਧੀ ਹੈ ਜੀ ਹੇਠ ਲਿਖਿਆ অপਸ਼ਨਾਂ ਚੋਂ ਜਿਹਦੇ ਵਿੱਚ ਆਪਾਂ ਵਿਸ਼ੇਸ਼ ਤੋਂ ਸਧਾਰਨ ਵੱਲ ਨੂੰ ਜਾਣੇ ਆ ਇੱਕ ਵਿਧੀ ਹੁੰਦੀ ਹੈ ਵੀ ਸਧਾਰਨ ਤੋਂ ਵਿਸ਼ੇਸ਼ ਵੱਲ ਜਾਂਦੇ ਆ ਮਤਲਬ ਰੂਲ ਤੋਂ ਉਦਾਹਰਨ ਵੱਲ ਜਾਂਦਾ ਇੱਕ ਵਿਧੀ ਚ ਇੱਕ ਚ ਉਦਾਹਰਨ ਤੋਂ ਰੂਲ ਵੱਲ ਜਾਂਦਾ ਤੇ ਰੂਲ ਤੋਂ ਉਦਾਹਰਨ ਵੱਲ ਜਾਂਦੇ ਆ ਸੋ ਇਹ ਹੇਠ ਲਿਖਿਆ অপਸ਼ਨਾਂ ਚੋਂ ਕਿਹੜੀ ਹੈ ਵੀ ਵਿਸ਼ੇਸ਼ ਤੋਂ ਸਧਾਰਨ ਵੱਲ ਆਗਮਨ ਵਿਧੀ ਨਿਗਮਨ ਵਿਧੀ ਡਰਿੱਲ ਵਿਧੀ ਜਾਂ ਚਰਚਾ ਵਿਧੀ ਸੋ ਇਹ ਹੈ ਜੀ অপਸ਼ਨ ਨੰਬਰ 1 ਸਹੀ ਹੈ ਆਗਮਨ ਵਿਧੀ ਦੇ ਵਿੱਚ ਵਿਸ਼ੇਸ਼ ਤੋਂ ਸਧਾਰਨ ਵੱਲ ਜਾਂਦਾ ਹੈ ਆਗਮਨ ਵਿਧੀ ਮੈਕਰੋ ਪਾਠ ਵਿਉਂਤ ਵਿੱਚ ਭਾਸ਼ਣ ਦੀ ਆਵਦੀ ਕਿੰਨੀ ਹੈ ਭਾਸ਼ਣ ਪੜਨਾ ਇੱਥੇ ਭਾਸ਼ਣ ਪੜਨਾ ਜੀ ਭਾਸ਼ਤ ਲਿਖਿਆ ਗਿਆ ਮੈਕਰੋ ਪਾਠ ਵਿਉਂਤ ਵਿੱਚ ਭਾਸ਼ਣ ਦੀ ਆਵਦੀ ਭਾਸ਼ਣ ਦਾ ਸਮਾ मतलब ਕਿੰਨਾ ਹੁੰਦਾ ਜੀ ਮੈਕਰੋ ਆਵਦੀ ਵਿੱਚ ਮੈਕਰੋ ਪਾਠ ਵਿਉਂਤ ਵਿੱਚ 5 ਤੋਂ 10 ਮਿੰਟ 10 ਤੋਂ 15 ਮਿੰਟ 20 ਤੋਂ 25 ਮਿੰਟ 35 ਤੋਂ 40 ਮਿੰਟ ਸੋ ਆਪਸ਼ਨ ਨੰਬਰ 4 ਸਹੀ ਹੈ ਜੀ 35 ਤੋਂ 40 ਮਿੰਟ ਇਹ ਆਪਸ਼ਨ ਨੰਬਰ 4 ਸਹੀ ਹੈ 13 ਨੰਬਰ ਪ੍ਰਸ਼ਨ ਦੋਸਤੋ ਪ੍ਰਾਇਮਰੀ ਪੱਧਰ ਤੇ ਮਹਿਲਾ ਮਹਿਲਾ ਅਧਿਆਪਕਾਾਂ ਮਰੁਸ਼ਾਂ ਦੇ ਮੁਕਾਬਲੇ ਵਧੇਰੇ ਚੰਗੀਆਂ ਹਨ ਕਿਉਂਕਿ ਉਹ ਸੋ ਪ੍ਰਸ਼ਨ ਨੂੰ ਪੱਧਾਰੇ ਪੜਦੇ ਆ ਮਤਲਬ ਪ੍ਰਾਇਮਰੀ ਪੱਧਰਾ ਜਿਹੜਾ ਪ੍ਰਾਇਮਰੀ ਦਾ ਲੇਬਲ ਹੈਗਾ ਪਹਿਲੀ ਤੋਂ ਜਾਂ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਤੱਕ ਉਹਦੇ ਉਸ ਉਹਨਾਂ ਸਕੂਲਾਂ 'ਚ ਜਾਂ ਉੱਥੇ ਬੱਚਿਆਂ ਨੂੰ ਪੜਾਉਣ ਵਾਲੀਆਂ ਜਿਹੜੀਆਂ ਮਹਿਲਾਵਾਂ ਨੇ ਅਧਿਆਪਕਾ ਨੇ ਜਿਹੜੀਆਂ ਔਰਤ ਅਧਿਆਪਕਾ ਨੇ ਉਹ ਪੁਰਸ਼ਾਂ ਤੋਂ ਚੰਗੀਆਂ ਮੰਨੀਆਂ ਜਾਂਦੀਆਂ ਨੇ ਕਿਉਂ ਮੰਨੀਆਂ ਜਾਂਦੀਆਂ ਨੇ ਹੇਠ ਲਿਖੇ ਆਪਸ਼ਨਾਂ ਦੇ ਆਧਾਰ 'ਤੇ ਪੜ੍ਹਦੇ ਆਪਾਂ ਵੱਧ ਪੜੀਆਂ ਲਿਖੀਆਂ ਹੁੰਦੀਆਂ ਨੇ ਦੇਖੋ ਇਹ ਜਹੀ ਗੱਲ ਨਹੀਂ ਪੁਰਸ਼ ਵੀ ਤਾਂ ਬਹੁਤ بڑے ਹੁੰਦੇ ਆ ਇਹ ਆਪਸ਼ਨ ਠੀਕ ਨਹੀਂ ਜਿਆਦਾ ਤਨਖਾਹ ਲੈਂਦੀਆਂ ਨੇ ਦੇਖੋ ਇਹ ਗੱਲ ਵੀ ਨਹੀਂ ਇਹ ਰੂਲ ਆਫ ਰੈਗੂਲੇਸ਼ਨ ਦੇ ਹਿਸਾਬ ਨਾਲ ਤਨਖਾਹ ਮਿਲਦੀ ਆ ਹੋਰ ਕੰਮਾਂ ਲਈ ਮੌਕੇ ਨਹੀਂ ਮਿਲਦੇ ਨਹੀਂ ਨਹੀਂ ਅਜਿਹੀ ਗੱਲ ਨਹੀਂ ਔਰਤਾਂ ਲਈ ਮਤਲਬ ਸਮਾਜ 'ਚ ਮੌਕੇ ਮੌਕੇ ਨੇ ਸੋ ਆਪਸ਼ਨ ਨੰਬਰ 4 ਹੀ ਸਹੀ ਹੋਵੇਗਾ ਪੜਦੇ ਆਪਾਂ ਬੱਚਿਆਂ ਪ੍ਰਤੀ ਵਧੇਰੇ ਸਹਿਨਸੀਲ ਹੁੰਦੀਆਂ ਨੇ ਸੋ ਆਪਸ਼ਨ ਨੰਬਰ 4 ਸਹੀ ਹੈ ਜੀ ਔਰਤਾਂ ਦਾ ਜਿਹੜਾ ਹਿਰਦੇ ਆ ਉਹ ਸਹਿਨਸੀਲ ਹੁੰਦਾ ਹੈ ਬੱਚਿਆਂ ਪ੍ਰਤੀ ਵਧੇਰੇ ਸਹਿਨਸੀਲ ਹੁੰਦੇ ਆ ਜਿਹੜੇ ਮਰਦ ਨੇ ਉਹ ਥੋੜਾ ਜਿਹਾ ਕਠੋਰ ਸੁਭਾਅ ਦੇ ਜ਼ਿਆਦਾ ਮੰਨੇ ਜਾਂਦੇ ਨੇ ਸੋ ਬੱਚਿਆਂ ਪ੍ਰਤੀ ਵਧੇਰੇ ਸਹਿਨਸੀਲ ਹੁੰਦੀਆਂ ਨੇਆਂ ਔਰਤਾਂ ਇਸ ਕਰਕੇ ਪ੍ਰਾਇਮਰੀ ਪੱਧਰ ਤੇ ਮਹਿਲਾ ਅਧਿਆਪਕਾਂ ਨੂੰ ਹੀ ਵਧੇਰੇ ਮੁਰਸ਼ਾਂ ਦੇ ਮੁਕਾਬਲੇ ਚ ਵਧੇਰੇ ਚੰਗਾ ਮੰਨਿਆ ਜਾਂਦਾ ਹੈ 14 ਨੰਬਰ ਪ੍ਰਸ਼ਨ ਦੋਸਤੋ ਪ੍ਰਾਇਮਰੀ ਪੱਧਰ ਤੇ ਬੱਚਿਆਂ ਲਈ ਮਾਤ ਭਾਸ਼ਾ ਵਿੱਚ ਅਧਿਆਪਨ ਕਰਨਾ ਚੰਗਾ ਹੈ ਕਿਉਂਕਿ ਸੋ ਦੋਸਤੋ ਪ੍ਰਾਇਮਰੀ ਦਾ ਪੱਧਰਾ ਜਿੱਥੇ ਉੱਥੇ ਮਾਤ ਭਾਸ਼ਾ ਵਿੱਚ ਪੜਨਾ ਹੀ ਚੰਗਾ ਹੈ ਕਿਉਂ ਪੜਨਾ ਚੰਗਾ ਹੈ ਬੱਚਿਆਂ ਲਈ ਇਸ ਨੂੰ ਸਮਝਣਾ ਆਸਾਨ ਹੈ ਇਸ ਨਾਲ ਬੱਚਿਆਂ ਦਾ ਬੌਧਿਕ ਵਿਕਾਸ ਹੁੰਦਾ ਹੈ ਜ਼ਿੰਦਗੀ ਲਈ ਮਹੱਤਮਪੂਰਨ ਹੈ ਇਹਨਾਂ ਵਿੱਚੋਂ ਕੋਈ ਨਹੀਂ ਸੋ ਦੇਖੋ ਆਪਾਂ ਜੇ ਆਪਸ਼ਨਾਂ ਦੀ ਗੱਲ ਕਰੀਏ ਮਹੱਤਮਪੂਰਨ ਮਾਤ ਭਾਸ਼ਾ ਹੀ ਇਕੱਲੀ ਮਹੱਤਮਪੂਰਨ ਨਹੀਂ ਹੁੰਦੀ ਸਾਰਾ ਕੁਝ ਹੀ ਮਹੱਤਮਪੂਰਨ ਹੁੰਦਾ ਹੈਗਾ ਅ ਬੱਚਿਆਂ ਦਾ ਬੌਧਿਕ ਵਿਕਾਸ ਇਸ ਜ਼ਰੂਰੀ ਨਹੀਂ ਵੀ ਮਾਤ ਭਾਸ਼ਾ ਨਾਲ ਹੀ ਬੌਧਿਕ ਵਿਕਾਸ ਹੋਵੇ ਸੋ ਬੱਚੇ ਆਪਸ਼ਨ ਨੰਬਰ 1 ਸਹੀ ਹੈ ਜੀ ਪ੍ਰਸ਼ਨ ਦੇ ਅਕੋਰਡਿੰਗ ਬੱਚਿਆਂ ਲਈ ਇਸ ਨੂੰ ਸਮਝਣਾ ਆਸਾਨ ਹੁੰਦਾ ਹੈ ਜਿਹੜੀ ਮਾਤ ਭਾਸ਼ਾ ਹੁੰਦੀ ਆਪਾਂ ਪਰਿਵਾਰ ਦੇ ਵਿੱਚ ਉਹ ਸਟਾਰਟਿੰਗ 'ਚ ਹੀ ਬੱਚਾ ਸਿੱਖ ਜਾਂਦਾ ਹੈਗਾ ਆਪਣੀ ਮਾਤ ਭਾਸ਼ਾ ਨੂੰ ਤੇ ਜਦੋਂ ਉਹ ਪ੍ਰਾਇਮਰੀ ਪੱਧਰ ਤੇ ਪੜਦਾਗਾ ਤਾਂ ਆਪਣੀ ਮਾਤ ਭਾਸ਼ਾ ਜੀ ਉਹਦੇ ਨਾਲ ਚੱਲਦੀ ਮਾਤ ਭਾਸ਼ਾ ਦੇ ਵਿੱਚ ਉਹ ਪੜੇ ਪ੍ਰਾਇਮਰੀ ਪੱਧਰ ਤੱਕ ਤਾਂ ਉਹਨੂੰ ਪੜ੍ਹਾਈ ਨੂੰ ਸਮਝਣ ਦੇ ਵਿੱਚ ਆਸਾਨੀ ਹੁੰਦੀ ਹੈ 15 ਨੰਬਰ ਪ੍ਰਸ਼ਨ ਦੋਸਤੋ ਅੱਜ ਦੀ ਵੀਡੀਓ ਦਾ ਆਖਰੀ ਪ੍ਰਸ਼ਨ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਇੱਕ ਚੰਗੇ ਅਧਿਆਪਕ ਨੂੰ ਹੋਣਾ ਚਾਹੀਦਾ ਐਟ ਹੇਠ ਲਿਖੇ ਆਪਸ਼ਨਾਂ ਦੇ ਵਿੱਚੋਂ ਇੱਕ ਚੰਗਾ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਇਮਾਨਦਾਰ ਹੋਵੇ ਕਰਤਬਨਿਸ਼ਟ ਹੋਵੇ ਸਮੇਂ ਦਾ ਪਾਬੰਦ ਹੋਵੇ ਸਾਰੇ ਆਪਸ਼ਨ ਨੰਬਰ 4 ਸਹੀ ਹੈ ਜੀ ਇਹ ਸਾਰੇ ਉਪਰੋਕਤ ਸਾਰੀਆਂ ਜਿਹੜੀਆਂ ਗੱਲਾਂ ਨੇਗੀਆਂ ਉਹ ਚੰਗੇ ਵਿਅਕਤੀ ਵਿੱਚ ਹੋਣੀਆਂ ਚਾਹੀਦੀਆਂ ਨੇ ਸੋ ਦੋਸਤੋ ਇਹ ਸਾਨੂੰ ਵੈਰੀ ਇੰਪੋਰਟੈਂਟ ਐਮਸੀਕਿਊ ਲੈ ਕੇ ਆਉਂਦੇ ਰਹਾਂਗੇ ਇਸੇ ਤਰੀਕੇ ਨਾਲ ਤੁਹਾਡੇ ਲਈ ਡੇਲੀ ਸਾਈਕੋਲੋਜੀ ਦੇ ਨਾਲ ਸੰਬੰਧਿਤ ਚਾਈਲਡ ਡਵੈਲਪਮੈਂਟ ਦੇ ਨਾਲ ਸੰਬੰਧਿਤ ਐਮਸੀਕਿਊ ਦੀ ਵੀਡੀਓ ਲੈਕਚਰ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਵੀ ਦਿਵਾ ਲਿਓ ਤਾਂ ਜੋ ਆਪਣੀ ਚੈਨਲ ਤੇ ਜੋ ਵੀ ਆਪਾਂ ਵੀਡੀਓ ਅਪਡੇਟ ਕਰਦੇ ਆ ਅਪਲੋਡ ਕਰਦੇ ਆ ਉਹਦਾ ਜਿਹੜਾ ਨੋਟੀਫਿਕੇਸ਼ਨ ਆ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਸੋ ਦੋਸਤੋ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ